ਪਿਛਲੇ ਦਿਨੀ ਕੈਨੇਡਾ ਦੇ ਵਿੱਚ ਗੁਰਦਾਸ ਮਾਨ ਦੇ ਇੱਕ ਬਿਆਨ ਨੂੰ ਲੈ ਕੇ ਮੱਚੇ ਬਵਾਲ ਤੇ ਐਡਮਿੰਟਨ ਵਿੱਚ ਸ਼ੋਅ ਦੌਰਾਨ ਜਿੱਥੇ ਰੋਸ ਮੁਜ਼ਾਹਰਾ ਕੀਤਾ ਗਿਆ, ਉੱਥੇ ਹੀ ਗੁਰਦਾਸ ਮਾਨ ਨੇ ਹਾਲ ਵਿੱਚ ਬੈਠੇ ਵੱਡੇ ਇਕੱਠ ਨੂੰ ਇਸ ਮੁੱਦੇ ਤੇ ਆਪਣਾ ਕੀ ਸਪਸ਼ਟੀਕਰਨ ਦਿੱਤਾ, ਆਓ ਦੇਖਦੇ ਹਾਂ। ਜਿਹੜੀ ਸੱਚੀ ਨੀਤ ਨਾਲ, ਸੱਚੇ ਮਨ ਨਾਲ, ਸੱਚੀ ਸ਼ਰਧਾ ਦੇ ਨਾਲ ਕਿਸੇ ਨੂੰ ਸੁਣਨਾ ਹੋਵੇ, ਉਹ ਸਾਂਝੀ ਹੁੰਦਾ। ਔਰ ਤੁਹਾਡਾ ਪਿਆਰ ਸਤਿਕਾਰ ਕਿ ਜਿਸ ਤਰ੍ਹਾਂ ਦਾ ਮਾਹੌਲ ਇਹਨਾਂ ਦਿਨਾਂ 'ਚ ਬਣਿਆ ਹੋਇਆ ਸੀ, ਮੈਂ ਉਸ ਗੱਲ ਦੀ ਮਾਫ਼ੀ ਚਾਹੂੰਗਾ ਕਿ ਜਿਸ ਤਰ੍ਹਾਂ ਦਾ ਵੀ ਬਣਿਆ, ਜੀ ਤੋਂ ਵੀ ਹੋਇਆ, ਜਿਸ ਤਰ੍ਹਾਂ ਦਾ ਵੀ ਹੋਇਆ, ਕਿਉਂਕਿ ਕਿਸੇ ਦੇ ਵੱਸ 'ਚ ਨਹੀਂ ਹੁੰਦਾ। ਜੇ ਚੀਜ਼ਾਂ ਵੱਸ 'ਚ ਹੁੰਦੀਆਂ ਤਾਂ ਨਾ ਉਹਨਾਂ ਨੇ ਕਰਨਾ ਸੀ, ਨਾ ਮੈਂ ਬੋਲਣਾ ਸੀ। ਖੁਸ਼ ਕੀਤਾ ਹੀ ਮੈਂ ਰੱਬ ਤੁਹਾਨੂੰ ਸਦਾ ਨਿਹਾਲ ਰੱਖੇ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ, ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ। ਦੇਖ ਦੇਖ ਵਾਹਿਗੁਰੂ ਆਪਣੀ ਕਿਰਪਾਲਤਾ, ਦਿਆਲਤਾ, ਪ੍ਰਸੰਨਤਾ ਬਖਸ਼ਦੇ ਹੋਏ, ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਤੰਦਰੁਸਤੀ ਬਖਸ਼ੇ, ਤੁਹਾਡੇ ਬੱਚਿਆਂ ਨੂੰ, ਤੁਹਾਡੀਆਂ ਨਸਲਾਂ ਨੂੰ, ਤੁਹਾਡੀਆਂ ਫਸਲਾਂ ਨੂੰ। ਸੋ ਬਹੁਤ ਬਹੁਤ ਤੁਹਾਡੇ ਲਈ ਦੁਆਵਾਂ ਮੰਗਦੇ ਹੋਏ, ਨੇਕ ਦੁਆਵਾਂ ਮੰਗਦੇ ਹੋਏ, ਤੁਸੀਂ ਸਾਡੇ ਲਈ ਜੋ ਵੀ ਖਰਚ ਕਰਕੇ ਆਏ, ਆਪਣਾ ਸਮਾਂ, ਆਪਣੀ ਜੇਬ ਦੇ ਵਿੱਚੋਂ ਖਰਚਾ, ਔਰ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਏ, ਬਜ਼ੁਰਗਾਂ ਨੂੰ ਲੈ ਕੇ ਆਏ, ਮੇਰਾ ਤਹਿ ਦਿਲ ਤੋਂ ਆਦਰ ਸਤਿਕਾਰ ਤੁਹਾਡੇ ਲਈ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ। ਸੋ ਜਿਹੜੇ ਮੁਲਕ 'ਚ ਤੁਸੀਂ ਰਹਿ ਰਹੇ, ਉੱਥੋਂ ਦੇ ਕਾਇਦੇ ਕਾਨੂੰਨਾਂ ਨੂੰ ਤੁਸੀਂ ਪੱਕੇ ਤੌਰ 'ਤੇ ਮੰਨਣਾ ਜ਼ਰੂਰ ਹੈ ਕਿ ਵਿੱਚ ਆਪਣਾ ਅੜੰਗਾ ਨਹੀਂ ਅੜਾਉਣਾ। ਜਿਹੜੀ ਥਾਲੀ ਦਿਖਾਈ ਹੈ ਉਹਦਾ ਸ਼ੁਕਰਗੁਜ਼ਾਰ ਜ਼ਰੂਰ ਹੋਈ ਹੈ। ਮੋਗੇ ਤੋਂ ਵੀ ਆਏ ਹੋ ਬਹੁਤ ਸਾਰੇ, ਤੁਸੀਂ ਜਿੰਨੇ ਵੀ ਤੁਸੀਂ ਆਪਣੇ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ, ਸਾਰਾ ਪਿੰਡ ਮਿੱਤਰਾਂ ਦਾ ਜੀ ਜੀ ਮਾਨ ਸਾਹਿਬ, ਉਹ ਕਹਿਣ ਲੱਗਾ ਸੀ ਵੱਖੋ ਵੱਖਰੇ ਸ਼ਹਿਰਾਂ ਤੁਸੀਂ ਆਏ ਹੋਗੇ ਕਿ ਉਹਨੂੰ ਆਪਾਂ ਕਹਿੰਦੇ ਯੂਨਾਈਟਡ ਕਲਰਸ ਆਫ ਪੰਜਾਬ, ਤਾਂ ਤੁਸੀਂ ਸਾਰੇ ਆਪਣੇ ਆਪਣੇ ਇੱਕ ਵਾਰੀ ਪਿੰਡ ਲਈ ਕਿ ਆਪਣੇ ਸ਼ਹਿਰ ਲਈ ਤਾੜੀ ਜ਼ਰੂਰ ਚਾਹੀਦੀ ਹੈ, ਕਿਉਂਕਿ ਮਾਨ ਸਾਹਿਬ ਨੂੰ ਸੁਣ ਕੇ, ਮਾਨ ਸਾਹਿਬ ਨੂੰ ਵੇਖ ਕੇ ਆਪਾਂ ਨੂੰ ਪੰਜਾਬ ਚੇਤੇ ਆਉਂਦਾ, ਕਿਉਂਕਿ ਆਪਾਂ ਕਹਿੰਦੇ ਵੀ ਅਗਰ ਪੰਜਾਬ ਨੂੰ ਚੇਤੇ ਕਰਨ ਤਾਂ ਮਾਨ ਸਾਹਿਬ ਦੇ ਗੀਤ ਸੁਣ ਲਈਏ ਆਪਾਂ। ਸੋ ਥੈਂਕ ਯੂ ਮਾਨ ਸਾਹਿਬ, ਇੰਨੇ ਸੋਹਣੇ ਗੀਤ ਦਿੰਦੇ ਹੋ, ਇੰਨੀ ਸੋਹਣੀ ਕਲਮ ਦਿੰਦੇ ਹੋ, ਇੰਨੀ ਸੋਹਣੀ ਸ਼ਾਇਰੀ ਦਿੰਦੇ ਹੋ। ਸੋ ਇਹ ਤੁਹਾਡੇ ਕਰਕੇ, ਤੁਹਾਡੇ ਪਿਆਰ ਕਰਕੇ ਤੁਸੀਂ ਇੰਨਾ ਸਾਰਾ ਸਤਿਕਾਰ ਕਰਦੇ ਹੋ, ਔਰ ਬਹੁਤ ਸਾਰੇ ਮਿੱਤਰ ਸਾਡੇ ਆਏ ਹੋਏ ਨੇ ਜੀ, ਔਰ ਵਿਨੀਪੈਗ ਤੋਂ ਦੋਸਤ ਆਏ ਹੋਏ ਨੇ। ਸੋ ਸਾਡੇ ਬੱਚੇ ਪੰਜਾਬੀ ਹੈ, ਉਹਨਾਂ ਨੂੰ ਫਿਰ ਜ਼ਰੂਰ ਸਮਝਾ ਲੈਣਾ, ਔਰ ਮੇਰੇ ਵੱਲੋਂ ਕਹਿਣਾ ਕਿ ਉਹ ਤੁਹਾਨੂੰ ਬਹੁਤ ਪਿਆਰ ਕਰ, ਤਹਿ ਦਿਲ ਤੋਂ ਪਿਆਰ। ਪੰਜਾਬੀ ਲਈ ਜਿਉਂ, ਪੰਜਾਬੀ ਲਈ ਹੀ ਚਲੇ ਜਾਣਾ ਗਾ ਕੇ, ਔਰ ਮੇਰੀ ਮਨਸ਼ਾ ਹੈ, ਮੇਰੀ ਤਮੰਨਾ ਹੈ, ਮੇਰੀ ਜ਼ਿੰਦਗੀ ਦੀ ਆਖਰੀ ਖੁਆਇਸ਼ ਹੈ ਕਿ ਮੈਂ ਜਦੋਂ ਜਾਵਾਂ ਸਟੇਜ 'ਤੇ ਜਾਵਾਂ,